ਸਾਰਿਆਂ ਦਾ ਜੀ ਇੱਕ ਨਵੇਂ ਬਲੌਗ ਦੇ ਵਿੱਚ ਸਵਾਗਤ ਕਰਦੇ ਹਾਂ ਅੱਜ ਆਪਾਂ ਪਹੁੰਚੇ ਹੋਏ ਹਾਂ ਜੀ ਕਟੜਾ ਸ਼ਹਿਰ ਕਟੜਾ ਸ਼ਹਿਰ ਤੋਂ ਕੁਝ ਕਿਲੋਮੀਟਰ ਦੀ ਦੂਰੀ ਉੱਤੇ ਬਾਬਾ ਧੰਸਰ ਜੀ ਦਾ ਸਥਾਨ ਬਣਿਆ ਹੋਇਆ ਜੀ ਆਪਾਂ ਆ ਜੋ ਸਾਰੇ ਜਣੇ ਰਲ ਮਿਲ ਕੇ ਜੀ ਬਾਬਾ ਧੰਸਰ ਜੀ ਦੇ ਇਸ ਸਥਾਨ ਦੇ ਦਰਸ਼ਨ ਕਰਦੇ ਹਾਂ ਜੀ ਇਹ ਅੱਜ ਇਹ ਸਿੰਬਲ ਚੋ ਆ ਨਾਂ ਦੀ ਜਗਾ ਜੀ ਤੇ ਬੱਸ ਨੇ ਆਪਾਂ ਨੂੰ ਇਸ ਜਗਾ ਉਤਾਰਿਆ ਆ ਇਸ ਜਗਾ ਤੋਂ ਆਪਾਂ ਚੱਲਾਂਗੇ ਜੀ ਬਾਬਾ ਧੰਸਰ ਜੀ ਵੱਲ ਨੂੰ ਜੀ ਜਿਹੜਾ ਆ ਰੋਡ ਆ ਇਹ ਜਾਂਦਾ ਰਿਹਾ ਸੀ ਨੂੰ ਇਹ ਜਾਂਦਾ ਕਟੜੇ ਨੂੰ ਜੀ ਵੈਸ਼ਨੂ ਤੇ ਵੀ ਕਟੜਾ ਨੂੰ ਫੇ ਰੋੜ ਜਾਂਦਾ ਆ ਇਹ ਆ ਮੈਟਾ ਡੋਰ ਰਹੇ ਨੇ ਆਪਾਂ ਤਾਰੇ ਇਸ ਜਗ੍ਹਾ ਤੇ ਚੱਲਦੇ ਆਪਾਂ ਬਾਬਾ ਧੰਸਰ ਜੀ ਦੇ ਅਸਥਾਨ ਵੱਲ ਨੂੰ ਜੀ ਜਿਹੜਾ ਡੇਰਾ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਤਪਸਥਾਨ ਆ ਜੀ ਉਹਦੇ ਲਈ ਵੀ ਬੱਸ ਇੱਥੋਂ ਸਿੰਬਲ ਚੋਹਾ ਤੋਂ ਮਿਲਦੀ ਹੈ ਅੱਗੇ ਨੂੰ ਆਪਾਂ ਨੂੰ ਜਾਣਾ ਪੈਂਦਾ ਇਹ ਆ ਗਈ ਆਪਣੀ ਬੱਸ ਤੇ ਆਪਾਂ ਚੱਲਦੇ ਆ ਬਾਬਾ ਧੰਸਰ ਜੀ ਦੇ ਅਸਥਾਨ ਵੱਲ ਨੂੰ ਜੀ ਜੀ ਆਪਾਂ ਨੂੰ ਇਸ ਜਗ੍ਹਾ ਉਤਾਰਿਆ ਆ ਇਹ ਰੋਡ ਜਾਂਦਾ ਸਤਾ ਜੀ ਜੰਮੂ ਕਟੜੇ ਨੂੰ ਜੀ ਤੇ ਇਹ ਲੱਗਿਆ ਬੋਰਡ ਬਾਬਾ ਧੰਸਰ ਜੀ ਆਪਾਂ ਚੱਲਦੇ ਆ ਬਾਬਾ ਧੰਸਰ ਜੀ ਦੇ ਅਸਥਾਨ ਤੇ ਦਰਸ਼ਨ ਕਰਦੇ ਆ ਇਸ ਜਗ੍ਹਾ ਦੇ ਜੀ ਬਣੇ ਰਹੋ ਪੂਰੀ ਬੁੜੀ ਧਿਆਨ ਤੱਕ ਜੇਕਰ ਵੀਡੀਓ ਚੰਗੀ ਲੱਗਦੀ ਆ ਤੇ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰਿਓ ਇਹ ਛੋਟਾ ਜਿਹਾ ਅੱਡਾ ਬਣਿਆ ਹੋਇਆ ਜੀ ਇਸ ਜਗ੍ਹਾ ਦੇ ਉੱਤੇ ਸ਼ਾਪਸ ਨੇ ਆ ਜੋ ਚੱਲਦੇ ਆਪਾਂ ਬਾਬਾ ਧੰਸਰ ਜੀ ਦੇ ਸਥਾਨ ਤੇ ਜੀ ਦਰਸ਼ਨ ਕਰਦੇ ਆਂ 메ਨ ਸੜਕ ਤੋਂ ਇਹ ਰੋਡ ਜਾਂਦਾ ਜੀ ਚੱਲਦੇ ਆਪਾਂ ਬਾਬਾ ਧੰਸਰ ਜੀ ਵੱਲ ਨੂੰ ਇਹ ਸੜਕ ਜਾਂਦੀ ਆ ਥੱਲੇ ਨੂੰ ਤਕਰੀਬਨ ਜੀ 1 ਕਿਲੋਮੀਟਰ ਦਾ ਸਫਰ ਆ ਇਹ ਆ ਯਾ ਰਿਕਸ਼ੇ ਵੀ ਚੱਲਦੇ ਨੇ ਇਹ ਰਿਕਸ਼ਾ ਚੱਲਦੇ ਨੇ ਇਸ ਜਗ੍ਹਾ ਦੇ ਉੱਤੇ ਪਰ ਜ਼ਿਆਦਾਤਰ ਲੋਕ ਪੈਦਲ ਹੀ ਜਾਂਦੇ ਨੇ ਜੀ ਤੇ ਆਪਾਂ ਵੀ ਪੈਦਲ ਹੀ ਜਾ ਰਹੇ ਹਾਂ ਜੀ ਬਾਬਾ ਧੰਸਰ ਜੀ ਦੇ ਸਥਾਨ ਵੱਲ ਨੂੰ ਤੁਸੀਂ ਦੇਖੋ ਜਿਹੜਾ ਇਹ ਰੋਡ ਆ ਕਿੰਨਾ ਸੋਹਣਾ ਰੋਡ ਆ ਜੀ ਇਹ ਨੇਚਰ ਆ ਕੁਦਰਤ ਆ ਬਹੁਤ ਸੋਹਣਾ ਲੱਗਦਾ ਆ ਮਨ ਨੂੰ ਇਹ ਬੱਚਾ ਜੀ ਪਤੰਗ ਚੜਾ ਰਿਹਾ ਦੇਖੋ ਤੁਸੀਂ ਜਿਹੜੀ ਨੇਚਰ ਦੇਖੋ ਕਿੰਨੀ ਵਧੀਆ ਆ ਰੋਖੀ ਰੋਖ ਨੇ ਇਹ ਸੰਗਤ ਆ ਰਹੀ ਆ ਜੀ ਬਾਬਾ ਤੁਨਸਰ ਜੀ ਦੇ ਅਸਥਾਨ ਦੇ ਦਰਸ਼ਨ ਕਰਕੇ ਵੀ ਪੈਦਲ ਹੀ ਆ ਰਹੇ ਨੇ ਜਿਹੜੀ ਸੰਗਤ ਕਟੜੇ ਸ਼ਹਿਰ ਤੋਂ ਆਉਂਦੀ ਆ ਜੀ ਚਾਰੇ ਹੱਸੀ ਤੋਂ ਆਉਂਦੀ ਆ ਕਈ ਬੰਦੇ ਪੱਕਾ ਆਟੋ ਆਪਣਾ ਉੱਥੋਂ ਹੀ ਕਰਕੇ ਲੈ ਕੇ ਆਉਂਦੇ ਨੇ ਇਹ ਰਸਤੇ ਦੇ ਵਿੱਚ ਸ਼ਾਪਾਂ ਜੇ ਕੁਝ ਖਾਣਾ ਪੀਣਾ ਹੋਵੇ ਆਪਾਂ ਖਾ ਪੀ ਸਕਦੇ ਆ ਜੀ ਜਦੋਂ ਤੱਕ ਲੋਕੀ ਪੈਦਲ ਹੀ ਆਉਂਦੇ ਨੇ ਫਿਰ ਜੀ 메인 ਰੋਡ ਤੇ ਬੱਸ ਉਤਾਰ ਦਿੰਦੀ ਆ ਉੱਥੋਂ ਫਿਰ ਇਹ 1 ਕਿਲੋਮੀਟਰ ਦਾ ਸਫ਼ਰ ਲੋਕੀ ਪੈਦਲ ਹੀ ਤੈਅ ਕਰਦੇ ਨੇ ਤੇ ਆਪਾਂ ਵੀ ਪੈਦਲ ਹੀ ਜਾ ਰਹੇ ਆ ਜੀ ਮੌਸਮ ਬਹੁਤ ਠੰਡਾ ਆ ਮਨ ਨੂੰ ਸਕੂਨ ਆ ਸ਼ਾਂਤੀ ਆ ਜੀ ਇਸ ਜਗ੍ਹਾ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਰੋਖੀ ਰੋਖ ਨੇ ਹਰ ਪਾਸੇ ਜੀ ਸਾਫ਼ ਮੌਸਮ ਨੀਲੇ ਰੰਗ ਦਾ ਅਸਮਾਨ ਕਿੰਨਾ ਸੋਹਣਾ ਲੱਗਦਾ ਹੈ ਜੀ ਪਰ ਤੋਂ ਅੱਪ ਚੱਲੇ ਸੀ ਜੀ ਤੇ ਕਾਫੀ ਸਫ਼ਰ ਤੈਅ ਕਰਕੇ ਅੱਪ ਥੱਲੇ ਆ ਗਏ ਆ ਇਹ ਹੈ ਜੀ ਸਾਹਮਣੇ ਸਥਾਨ ਚਲਦੇ ਆਪਾਂ ਸਥਾਨ ਦੇ ਉੱਤੇ ਜੀ ਦਰਸ਼ਨ ਕਰਦੇ ਆ ਇਸ ਸਥਾਨ ਦੇ ਕੀ ਇਤਿਹਾਸ ਆ ਇਸ ਸਥਾਨ ਦਾ ਉਹ ਵੀ ਆਪਾਂ ਜਾਣਦੇ ਆ ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਤੇ ਕਈ ਬੰਦੇ ਆਪਣਾ ਪਰਸਨਲ ਵਹੀਕਲ ਲੈ ਕੇ ਜੀ ਪਹੁੰਚੇ ਹੋਏ ਨੇ ਇਸ ਸਥਾਨ ਦੇ ਉੱਤੇ ਜੀ ਇਹ ਆਟੋ ਨੇ ਲੋਕ ਪੱਕਾ ਜੀ ਇਹ ਆਟੋ ਕਟੜਾ ਸ਼ਹਿਰ ਤੋਂ ਜਾ ਰਿਆਸੀ ਤੋਂ ਕਰਕੇ ਪਹੁੰਚਦੇ ਨੇ ਜੀ ਕਟੜਾ ਸ਼ਹਿਰ ਤੋਂ ਇਸ ਸਥਾਨ ਦੀ ਦੂਰੀ ਜੀ ਤਕਰੀਬਨ 12 ਤੋਂ 13 ਕਿਲੋਮੀਟਰ ਆ ਜੀ ਇਹ ਸ਼ਾਪਸ ਨੇ ਇਸ ਸਥਾਨ ਦੇ ਬਾਹਰ ਬਣੀਆਂ ਹੋਈਆਂ ਇੱਥੇ ਕੋਈ ਕੁਛ ਖਾਣਾ ਪੀਣਾ ਹੋਵੇ ਤਾਂ ਆਪਾਂ ਖਾ ਪੀ ਸਕਦੇ ਹਾਂ ਜੀ ਇਹ ਆਟੋ ਆਪਾਂ ਨੂੰ ਐਸੇ ਜਗ੍ਹਾ ਉਤਾਰਦੇ ਨੇ ਜੀ ਜਿਹੜਾ ਆਪਾਂ ਆਟੋ ਕਰਕੇ ਲੈ ਕੇ ਆਉਂਦੇ ਆਂ ਆਪਾਂ ਤਾਂ ਪੈਦਲ ਹੀ ਆਏ ਆਂ ਜੀ ਇਹ ਜਗ੍ਹਾ ਆ ਜੀ ਵੀਡੀਓ ਚੰਗੀ ਲੱਗਦੀ ਆ ਤਾਂ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜੀ ਆਪਣੇ ਰਿਸ਼ਤਦਾਰਾਂ ਦੋਸਤਾਂ ਮਿੱਤਰਾਂ ਨਾਲ ਜ਼ਰੂਰ ਕਰਿਓ ਜੀ। ਇਹ ਸ਼ੈੱਡ ਪਿਆ ਹੋਇਆ ਜੀ ਬਰਸਾਤ ਤੋਂ ਜਦੋਂ ਆਉਂਦੀ ਆ ਤਾਂ ਬੰਦੇ ਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ ਜੀ ਇਸ ਲਈ ਛੱਡ ਪਾਇਆ ਹੋਇਆ ਜੀ ਇਸ ਰੋਡ ਦੇ ਉੱਤੇ ਅੱਪਾ ਜਾ ਰਹੇ ਆ ਥੱਲੇ ਨੂੰ ਜੀ ਬਿਲਕੁਲ ਥੱਲੇ ਪਾਸੇ ਜੀ ਪਾਣੀ ਦੇ ਕੋਲ ਜੀ ਇਹ ਸਥਾਨ ਬਣਿਆ ਹੋਇਆ ਹੈ ਆ ਪੌੜੀਆਂ ਨੇ ਜੀ ਪੌੜੀਆਂ ਉਤਰਨੀਆਂ ਪੈਂਦੀਆਂ ਨੇ ਸੰਗਤ ਵੀ 바ਵਾ ਜਾ ਰਹੀ ਆ ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਤੇ ਜੀ ਹੰਸਰ ਜੀ ਦੀ ਪ੍ਰਬੰਧਕ ਕਮੇਟੀ ਵੱਲੋਂ ਜੀ ਬੋਰਡ ਲਾਇਆ ਗਿਆ ਆ ਆਪਾਂ ਪੜ੍ਹ ਸਕਦੇ ਆ ਵੀ ਬੰਦਰਾ ਤੋਂ ਸਾਵਧਾਨ ਰਹੋ ਜੇਕਰ ਤੁਸੀਂ ਪ੍ਰਸ਼ਾਦ ਵਗੈਰਾ ਲੈਣਾ ਹੋਵੇ ਤਾਂ ਮੰਦਰ ਦੇ ਕੋਲ ਸ਼ਾਪਸ ਬਣੀਆਂ ਹੋਈਆਂ ਨੇ ਦੁਕਾਨਾਂ ਬਣੀਆਂ ਹੋਈਆਂ ਨੇ ਜੀ ਆਪਾਂ ਉਹਨਾਂ ਦੁਕਾਨਾਂ ਤੋਂ ਪ੍ਰਸ਼ਾਦ ਵਗੈਰਾ ਲੈ ਸਕਦੇ ਆ ਜੀ ਇਹ ਰਸਤੇ ਦੇ ਵਿੱਚ ਵੀ ਸ਼ਾਪਸ ਆਉਂਦੀਆਂ ਨੇ ਜੀ ਜੇਕਰ ਆਪਾਂ ਥੱਕ ਜਾਂਨੇ ਆ ਤਾਂ ਇਸ ਜਗ੍ਹਾ ਦੇ ਉੱਤੇ ਬੈਠ ਸਕਦੇ ਆ ਜੂਸ ਵਗੈਰਾ ਪੀਣਾ ਹੋਵੇ ਪੀ ਸਕਦੇ ਆ ਕੁਝ ਖਾਣਾ ਹੋਵੇ ਖਾ ਸਕਦੇ ਆ ਜੀ ਜਣੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦਿੱਕਤ ਪਰੇਸ਼ਾਨੀ ਜੀ ਬੰਦੇ ਨੂੰ ਇਸ ਸਥਾਨ ਦੇ ਉੱਤੇ ਨਹੀਂ ਆਉਂਦੀ ਜੀ ਬਹੁਤ ਵਧੀਆ ਤੇ ਸੌਖੇ ਤਰੀਕੇ ਨਾਲ ਜੀ ਆਪਾਂ ਇਸ ਸਥਾਨ ਦੇ ਦਰਸ਼ਨ ਕਰ ਸਕਦੇ ਆ ਜੀ ਕੋਈ ਕਹਿੰਦਾ 500 ਪੌੜੀ ਆ ਉਹ 400 ਕਹੀ ਜਾਂਦਾ ਆ ਜਣੀ ਪੌੜੀਆਂ ਨੇ ਜੀ ਇਹ ਥੱਲੇ ਨੁੱਤਰਨੀਆ ਪੈਂਦੀਆਂ ਨੇ ਇੱਕ ਪਾਸੇ ਆ ਆਪਣਾ ਰੈਂਪ ਬਣਿਆ ਹੋਇਆ ਆ ਜੇਕਰ ਆਪਾਂ ਰੈਂਪ ਰਾਹੀਂ ਉਤਰਨਾ ਹੋਵੇ ਜਾਂ ਚੜ੍ਹਨਾ ਹੋਵੇ ਇਹ ਵੀ ਆਪਾਂ ਯੂਜ਼ ਕਰ ਸਕਦੇ ਆ ਜੀ ਵਰਤ ਸਕਦੇ ਆ ਆਪਾਂ ਪੌੜੀਆਂ ਰਾਹੀਂ ਉਤਰ ਰਹੇ ਆ ਜੀ ਇਹ ਕੁਝ ਬੰਦੇ ਥੱਕ ਜਾਂਦੇ ਨੇ ਫਿਰ ਇਸ ਜਗ੍ਹਾ ਬੈਠ ਜਾਂਦੇ ਨੇ ਜੀ ਜੂਸ ਵਗੈਰਾ ਪੀ ਸਕਦੇ ਨੇ ਇਹ ਪਾਣੀ ਦਾ ਪ੍ਰਬੰਧ ਕੀਤਾ ਗਿਆ వాటర్ কুলਰ ਲਗਾਇਆ ਗਿਆ ਠੰਡਾ ਪਾਣੀ ਆਪਾਂ ਪੀ ਸਕਦੇ ਆ ਜੀ ਸਿੰਦਗੀ ਚ ਮੌਕਾ ਲੱਗੇ ਤਾਂ ਇੱਕ ਵਾਰ ਜਰੂਰ ਜੀ ਬਾਬਾ ਧੰਸਰ ਜੀ ਦੇ ਇਸ ਸਥਾਨ ਦੇ ਦਰਸ਼ਨ ਕਰਨ ਆਇਓ ਜੀ ਬਹੁਤ ਸੋਹਣੀ ਜਗ੍ਹਾ ਦੇ ਉੱਤੇ ਇਹ ਸਥਾਨ ਬਣਿਆ ਹੋਇਆ ਜੀ ਇਹ ਜਗ੍ਹਾ ਬਣੀ ਹੋਈ ਆ ਨੇਚਰ ਆ ਕੁਦਰਤ ਤੁਸੀਂ ਦੇਖ ਸਕਦੇ ਹੋ ਦੁੱਧ ਵਰਗਾ ਚਟਾ ਪਾਣੀ ਆ ਜੀ ਇੱਕ ਪਾਸੇ ਵਹਿੰਦਾ ਆ ਆਪਾਂ ਆਪਣੀ ਸਕਰੀਨ ਦੇ ਉੱਤੇ ਦੇਖ ਸਕਦੇ ਹਾਂ ਜੀ ਇਹ ਕੁਛ ਕੁਛ ਦੂਰੀ ਦੇ ਉੱਤੇ ਜੀ ਰੈਸਟਰੂਮ ਜੇ ਬਣਾਏ ਹੋਏ ਨੇ ਪੱਖਾ ਲੱਗਿਆ ਹੋਇਆ ਆ ਜੇਕਰ ਆਪਾਂ ਬਹਿਣਾ ਹੋਵੇ ਕੁਝ ਦੇਰ ਬੈਠ ਕੇ ਆਰਾਮ ਕਰ ਸਕਦੇ ਆ ਜੀ ਰੈਸਟ ਕਰ ਸਕਦੇ ਆ ਕਈ ਵਾਰ ਆਪਣੇ ਨਾਲ ਬਜ਼ੁਰਗ ਹੁੰਦੇ ਨੇ ਜੀ ਜਿਆਦਾ ਨਹੀਂ ਚੱਲ ਸਕਦੇ ਤਾਂ ਉਹ ਆਰਾਮ ਕਰ ਸਕਦੇ ਨੇ ਇਸ ਜਗ੍ਹਾ ਦੇ ਉੱਤੇ ਜਿਹੜੀ ਮੰਦਿਰ ਕਮੇਟੀ ਵੱਲੋਂ ਵਧੀਆ ਪ੍ਰਬਾਲੇ ਕੀਤੇ ਗਏ ਨੇ ਜੀ ਯਾਤਰੀਆਂ ਦੀ ਸੁੱਖ ਸੁਵਿਧਾ ਲਈ ਜੀ ਆਪਣਾ ਪੈਂਡਾ ਜੀ ਆਪਣਾ ਰਸਤਾ ਲਗਭਗ ਖਤਮ ਹੋਣ ਵਾਲਾ ਆ ਤੇ ਆਪਾਂ ਪਹੁੰਚ ਚੁੱਕੇ ਆ ਬਾਬਾ ਧੰਸਰ ਜੀ ਦੇ ਸਥਾਨ ਵਿਖੇ ਜੀ ਇਸ ਜਗ੍ਹਾ ਆਪਾਂ ਆਪਣਾ ਜੋੜਾ ਉਤਾਰ ਸਕਦੇ ਆਂ ਜੀ ਕਿਰਪਾ ਜੁੱਤੇ ਚੱਪਲ ਜਿੱਥਾਂ ਉਤਾਰੇ ਇੱਥੇ ਉਤਾਰ ਸਕਦੇ ਆਂ ਜੀ ਇੱਥੇ ਜੋੜਾ ਉਤਾਰ ਕੇ ਫਿਰ ਆਪਾਂ ਅੱਗੇ ਦਰਸ਼ਨਾਂ ਨੂੰ ਜਾ ਸਕਦੇ ਆਂ ਜੀ ਜਿਹੜਾ ਇਹ ਆਪਾਂ ਰਸਤਾ ਥੱਲੇ ਨੂੰ ਉਤਰੇ ਆਂ ਜੀ ਇਹਨੂੰ ਪੂਰੀ ਤਰ੍ਹਾਂ ਕਵਰ ਕੀਤਾ ਹੋਇਆ ਆ ਉਹ ਇਸ ਲਈ ਕਵਰ ਕੀਤਾ ਵੀ ਕੋਈ ਬੰਦਰ ਆਪਾਂ ਨੂੰ ਤੰਗ ਨਾ ਕਰੇ ਕਿਸੇ ਯਾਤਰੀ ਨੂੰ ਪਰੇਸ਼ਾਨ ਨਾ ਕਰੇ ਜੀ ਆਪਾਂ ਗਾਦੋ ਜੀ ਸਰਹੱਤੀ ਨਾ ਬਣਾ ਇਹ ਬਾਬਾ ਧੰਸਰ ਦੀ ਜਿਹੜੀ ਪ੍ਰਬੰਧਕ ਕਮੇਟੀ ਆ ਜੀ ਉਹਦੇ ਵੱਲੋਂ ਕੁਝ ਹਦਾਇਤਾਂ ਕੀਤੀਆਂ ਗਈਆਂ ਨੇ ਆਪਣਾ ਫਰਜ਼ ਬਣਦਾ ਇਹ ਨਾ ਹਦਾਇਤਾਂ ਨੂੰ ਫੋਲੋ ਕਰਨ ਦਾ ਮੰਨਣਾ ਜੀ ਜਦੋਂ ਆਪਾਂ ਕਿਸੇ ਵੀ ਧਾਰਮਿਕ ਸਥਾਨ ਤੇ ਆਉਂਨੇ ਆ ਜੀ ਉੱਥੇ ਦੀ ਪ੍ਰਬੰਧਕ ਕਮੇਟੀ ਜੇਕਰ ਆਪਾਂ ਨੂੰ ਕੋਈ ਗੱਲਾਂ ਤੋਂ ਮਨਾ ਕਰਦੀ ਆ ਤਾਂ ਆਪਾਂ ਨੂੰ ਉਹਨਾਂ ਗੱਲਾਂ ਨੂੰ ਫੋਲੋ ਕਰ ਲੈਣਾ ਚਾਹੀਦਾ ਮੰਨਣਾ ਚਾਹੀਦਾ ਆ ਜੀ ਇਹ ਆ ਜੀ ਬਾਬਾ ਧੰਸਰਜੀ ਦੀ ਜਗਾ ਬਣੀ ਹੋਈ ਜੀ ਜੇਕਰ ਜੀ ਆਪਾਂ ਜੋੜਾ ਇਸ ਜਗ੍ਹਾ ਉਤਾਰਨਾ ਹੋਵੇ ਤਾਂ ਇਸ ਜਗ੍ਹਾ ਵੀ ਜੋੜਾ ਉਤਾਰ ਸਕਦੇ ਆ ਆਪਾਂ ਜੋੜਾ ਪਾ ਤਾਰਤਾ ਜੀ ਇਹ ਆ ਜਗਾ ਜੀ ਬਣੀ ਹੋਈ ਇਸ ਜਗਾ ਬਾਰੇ ਇਹ ਕਿਹਾ ਜਾਂਦਾ ਜਦੋਂ ਭਗਵਾਨ ਭੋਲੇ ਸ਼ੰਕਰ ਜੀ ਅਮਰਨਾਥ ਦੀ ਗੁਫਾ ਵੱਲ ਨੂੰ ਗਏ ਨੇ ਤਾਂ ਉਹਨਾਂ ਨੇ ਆਪਣੇ ਗਲੇ ਦਾ ਜਿਹੜਾ ਨਾਗ ਸੀਗਾ ਜੀ ਇਸ ਜਗਾ ਦੇ ਉੱਤੇ ਛੱਡਿਆ ਸੀ ਜਦੋਂ ਉਹ ਮਾਂ ਪਾਰਵਤੀ ਨੂੰ ਅਮਰ ਕਥਾ ਸੁਣਾਉਣ ਲਈ ਜੀ ਅਮਰਨਾਥ ਗਏ ਸਨ ਜੀ ਇਹ ਆ ਜੀ ਉਹ ਜਗਾ ਜੀ ਸ਼੍ਰੀ ਬਾਬਾ ਧੰਸਰ ਜੀ ਮੰਦਿਰ ਜੀ ਆਪਾਂ ਦਰਸ਼ਨ ਕਰ ਸਕਦੇ ਆ ਆ ਜੀ ਪਵਿੱਤਰ ਗੁਫਾ ਦਾ ਰਸਤਾ ਚੱਲਦੇ ਆਪਾਂ ਗੁਫਾ ਦੇ ਅੰਦਰ ਨੂੰ ਜੀ ਜੇਕਰ ਵੀਡੀਓ ਚੰਗੀ ਲੱਗ ਰਹੀ ਆ ਤਾਂ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜੀ ਆਪਣੇ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਨਾਲ ਜਰੂਰ ਕਰਿਆ ਕਰੋ ਸਾਡਾ ਹੌਸਲਾ ਵਧਾਇਆ ਕਰੋ ਜੀ ਆਪਾਂ ਜਾ ਰਹੇ ਆ ਜੀ ਹੁਣ ਪਵਿੱਤਰ ਗੁਫਾ ਵੱਲ ਨੂੰ ਦਰਸ਼ਨ ਕਰਦੇ ਆ ਉਸ ਪਵਿੱਤਰ ਗੁਫਾ ਦੇ ਜੀ ਇਹ ਲੋਕ ਸਿੱਕੇ ਵਗੈਰਾ ਚੜਾਉਂਦੇ ਨੇ ਇਸ ਜਗ੍ਹਾ ਦੇ ਉੱਤੇ ਆਪਾਂ ਦੇਖ ਸਕਦੇ ਹਾਂ ਦੇਖੋ ਤੁਸੀਂ ਸਿੱਕ ਗੁਫਾ ਦੇ ਵਿੱਚ ਇਹ ਸਿੱਕੇ ਪਏ ਨੇ ਦੇਖੋ ਤੁਸੀਂ ਜਿਹੜੇ ਸਰਾਖ ਨੇ ਇਹਨਾਂ ਵਿੱਚ ਦੇਖੋ ਤੁਸੀਂ ਸਿੱਕੇ ਹੀ ਸਿੱਕੇ ਨੇ ਜੀ ਬਹੁਤ ਬਾਤ ਹੈ ਬਦਜਰਾਤ ਤੋਂ ਬੋਲਣ ਤੋਂ ਬਾਅਦ ਨਹੀਂ ਦੇਖੋ ਕਿੰਨੇ ਜ਼ਿਆਦਾ ਸਿੱਕੇ ਜੀ ਲੋਕਾਂ ਵੱਲੋਂ ਇਸ ਜਗ੍ਹਾ ਦੇ ਉੱਤੇ ਚੜਾਏ ਹੋਏ ਨੇ ਬੇਸ਼ੱਕ ਪ੍ਰਬੰਧਕ ਕਮੇਟੀ ਮਨਾ ਕਰਦੀ ਆ ਵੀ ਸਿੱਕੇ ਨਾ ਚੜਾਓ ਪਰ ਸਾਡੀ ਸੰਗਤ ਸਾਡੇ ਲੋਕ ਕਿੱਥੋਂ ਹਟਦੇ ਨੇ ਜੀ ਜਿਹੜੇ ਕੰਮਤ ਰੋਕਿਆ ਜਾਂਦਾ ਇਹ ਲੋਕ ਦੁੱਗਣਾ ਕਰਦੇ ਨੇ ਇਹ ਦੇਖੋ ਤੁਸੀਂ ਪੰਡਿਤ ਜੀ RAM RAM ਜੀ ਜਿੰਨੇ ਚ ਵੀ ਆਈਏ ਮਾਤਾ ਦੇਖ ਜੀ ਇਹ ਪੰਡਿਤ ਜੀ ਇਸ ਜਗਾ ਜੀ ਐਕਸ਼ਨ ਕਰਾਉਂਦੇ ਨੇ ਜੀ ਬੜੀ ਜੀ ਇਹ ਆ ਜੀ ਪਵਿੱਤਰ ਗੁਫਾ ਜ਼ਿੰਦਗੀ ਚ ਮੌਕਾ ਲੱਗਿਆ ਤਾਂ ਜ਼ਰੂਰ ਜੀ ਇੱਕ ਵਾਰ ਇਸ ਪਵਿੱਤਰ ਗੁਫਾ ਦੇ ਦਰਸ਼ਨ ਕਰ ਗਏ ਅੰਨ ਜੀ ਸ਼ੇਸ਼ਨਾਗ ਨੇ ਅੱਛਾ ਜੀ ਕੇਸ਼ਨਾਗ ਉਪਤਾਰ ਹੈ ਜੀ ਅੱਛਾ ਜੀ ਜਿੱਦ ਮੇਂ ਇਨ ਦਾ ਵਾਸ ਹੈ ਜੀ ਇਹ ਵਾਲਾ ਅੱਛਾ ਜੀ ਬਹੁਲੀ ਤਵੱਸਿਆ ਕੀਤੀ ਜਿਵੇਂ ਬੋਲੇਨਾਥ ਜੀ ਜਾਂ ਮੈਂ ਪ੍ਰਗਟ ਹੋਏ تھے ਅੱਛਾ ਜੀ ਇਹ ਆਪ ਸ਼ੰਭੂ ਹੈ ਜਿਵੇਂ ਬੋਲੇਨਾਥ ਹੈ ਮਾਤਾ ਪਾਰਵਤੀ ਹੈ ਗਣੇਸ਼ ਜੀ ਹੈ ਕਾਰਤਿਕ ਹੈ ਇਨਕੇ ਸਾਥ ਮੇਂ ਅੱਛੀ ਪਰਿਵਾਰ ਪੂਰਾ ਹੈ ਪੰਜ ਪੰਡੋ ਹਨ ਜੇ ਕਲਾਸ ਪਰਵਦ ਹੈ ਜੇ ਬੋਲੇਗਾ ਤਾਂ ਅੰਮ੍ਰੂ ਹੋਏ ਜੋ ਧੰਮ ਧੰਮ ਵੱਜਦਾ ਹੈ ਠੀਕ ਹੈ ਜੀ ਇਹ ਭਗਵਾਨ ਭੋਲੇ ਸ਼ੰਕਰ ਜੀ ਦੀ ਪੂਰੀ ਫੈਮਿਲੀ ਪੂਰਾ ਪਰਿਵਾਰ ਜੀ ਇਸ ਜਗ੍ਹਾ ਦੇ ਉੱਤੇ ਮਜਬੂਦ ਹੈ ਜੀ ਆਪਾਂ ਦਰਸ਼ਨ ਕਰ ਸਕਦੇ ਹਾਂ ਜੀ ਗਾਇਬ ਹੋ ਗਏ ਲੰਗਰ ਦਾ ਪ੍ਰਬੰਧ ਵੀ ਇਸ ਜਗ੍ਹਾ ਕੀਤਾ ਹੋਇਆ ਹੈ ਜੀ ਜੇਕਰ ਆਪਾਂ ਲੰਗਰ ਛਕਣਾ ਹੋਵੇ ਤਾਂ ਇਸ ਜਗ੍ਹਾ ਦੇ ਉੱਤੇ ਛਕ ਸਕਦੇ ਹਾਂ ਜੀ ਇਹ ਹੈ ਜੀ ਲੰਗਰ ਗੁਰੂ ਕੇ ਲੰਗਰਾਂ ਵਰਤ ਰਹੇ ਨੇ ਜੀ ਜੇਕਰ ਆਪਾਂ ਸ਼ਕਣਾ ਹੋਵੇ ਤਾਂ ਸ਼ਕ ਸਕਦੇ ਹਾਂ ਜੀ ਪ੍ਰਸ਼ਾਦਾ ਆਪਾਂ ਸ਼ਕ ਲਿਆ ਜੀ ਇੱਕ ਨਾ ਅੰਬਲ ਨਾਂ ਦੀ ਸਬਜ਼ੀ ਬਣਾਉਂਦੇ ਨੇ ਇਹ ਪੇਠੇ ਨੂੰ ਬਣਾਉਂਦੇ ਨੇ ਤਰੀ ਵਾਲਾ ਉਹਦੇ ਵਿੱਚ ਸ਼ੱਕਰ ਪਾਉਂਦੇ ਨੇ ਗੁੜ ਬਣਾਉਂਦੇ ਨੇ ਪਾਉਂਦੇ ਨੇ ਜੇ ਨਹੀਂ ਤੁਸੀਂ ਯਕੀਨ ਮੰਨਿਓ ਬਹੁਤ ਵਧੀਆ ਗੱਲਬਾਤ ਘੈਂਟ ਸਬਜ਼ੀ ਬਣਾਉਂਦੇ ਨੇ ਜੀ ਇਹ ਅੰਬਲ ਦੀ ਗੁੜ ਪਾਉਂਦੇ ਨੇ ਵਿੱਚ ਇਮਲੀ ਪਾ ਕੇ ਬਣਾਉਂਦੇ ਨੇ ਬਾਬਾ ਧੰਸਰ ਜੀ ਦੀ ਜਗਾ ਆ ਜੀ ਉਹ ਇਸ ਪਾਸੇ ਆ ਤੇ ਜਿਹੜਾ ਇਹ ਪਾਣੀ ਆ ਉਸ ਪਾਸੇ ਤੋਂ ਆ ਰਿਹਾ ਥੱਲੇ ਨੂੰ ਜੀ ਇਹ ਆਪਾਂ ਦੇਖ ਸਕਦੇ ਆ ਵੀਡੀਓ ਦੇ ਵਿੱਚ ਜੀ ਇਹ ਪਾਣੀ ਆ ਰਿਹਾ ਥੱਲੇ ਨੂੰ ਜੀ ਉਹ ਸਾਹਮਣੇ ਆ ਬਾਬਾ ਧੰਸਰ ਜੀ ਦੀ ਜਗਾ ਜੀ ਆਪਾਂ ਥੱਲੇ ਨੂੰ ਵੀ ਚੱਲਦੇ ਆ ਪਾਣੀ ਨੂੰ ਦੇਖਦੇ ਆ ਜੀ ਇਹ ਆ ਜੀ ਥੱਲੇ ਨਦੀ ਵਹਿੰਦੀ ਉਹ ਦੇਖ ਸਕਦੇ ਆਪਾਂ ਸਾਹਮਣੇ ਸਕਰੀਨ ਦੇ ਉੱਤੇ ਲੋਕ ਇਸ਼ਨਾਨ ਕਰਦੇ ਐ ਇਸ ਜਗ੍ਹਾ ਦੇ ਉੱਤੇ ਦੇਖ ਸਕਦੇ ਹੋ ਤੁਸੀਂ ਵੀਡੀਓ ਦੇ ਵਿੱਚ ਇਹ ਸਾਹਮਣੇ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਲੋਕ ਇਸ਼ਨਾਨ ਕਰਦੇ ਨੇ ਬਾਬਾ ਧੰਸਰਜੀਤ ਦੇ ਨਾਮ ਦੇ ਉੱਤੇ ਜਿਹੜੀ ਇਹ ਜਗ੍ਹਾ ਬਣੀ ਹੋਈ ਆ ਨਾ ਥੱਲੇ ਨਦੀ ਵਹਿੰਦੀ ਆ ਠੰਡਾ ਪਾਣੀ ਆ ਬਰਫਰਗਾ ਦੁੱਧਰਗਾ ਪਾਣੀ ਆ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਉੱਤੇ ਲੋਕ ਇਸ ਜਗ੍ਹਾ ਇਸ਼ਨਾਨ ਕਰਦੇ ਨੇ ਜੀ ਨਹਾਉਂਦੇ ਨੇ ਜੀ ਇਸ਼ਨਾਨ ਕਰਨ ਤੋਂ ਬਾਅਦ ਨਹਾਉਣ ਤੋਂ ਬਾਅਦ ਕਈ ਲੋਕ ਜੀ ਫਿਰ ਦਰਸ਼ਨ ਕਰਦੇ ਨੇ ਬਾਅਦ ਦੇ ਵਿੱਚ ਜੀ ਇਹ ਜਗ੍ਹਾ ਆ ਜੀ ਜਦੋਂ ਆਪਾਂ ਉੱਤਰਿਆ ਥੱਲੇ ਨੂੰ ਜੀ ਉਦੋਂ ਤਾਂ ਬਹੁਤਾ ਮਹਿਸੂਸ ਨਹੀਂ ਹੋਇਆ ਪਰ ਹੁਣ ਥੱਕ ਗਏ ਪੂਰਾ ਜੋਰ ਲੱਗ ਰਿਹਾ ਉਹ ਉੱਤੇ ਨੂੰ ਚੜਨ ਲੱਗੇ ਪੌੜੀਆਂ ਬਹੁਤ ਜ਼ਿਆਦਾ ਨੇ ਜੀ ਸਾਹ ਛੜ ਗਿਆ ਇੱਕ ਰੋਟੀ ਖਾ ਲਈ ਪਛਤਾ ਛਕਿਆ ਉਹ ਤਾਂ ਵੀ ਅਸਰ ਆ ਆਪਾਂ ਜਾ ਰਹੇ ਹਾਂ ਜੀ ਉੱਪਰ ਨੂੰ ਦਰਸ਼ਨ ਕਰਕੇ ਜੀ ਆਪਣੇ ਕੋਲ ਬੈਗ ਸੀਗਾ ਜੀ ਆਪਾਂ ਆਪਣਾ ਬੈਗ ਇਸ ਵੀਰ ਕੋਲ ਜਮਾ ਕਰਾਤਾ ਸੀਗਾ ਜੀ ਇਸ ਵੀਰ ਨੂੰ ਫੜਾਤਾ ਸੀ ਆਪਾਂ ਧੰਨਵਾਦ ਇਸ ਵੀਰ ਦਾ ਵੀ ਆਪਣਾ ਸਾਥ ਦੇਣ ਲਈ ਸਹਾਯੋਗ ਦੇਣ ਲਈ ਇਸ ਯਾਤਰਾ ਵਿੱਚ ਜੀ ਆਪਣਾ ਬੈਗ ਸੰਭਿਆ ਇਸ ਵੀਰ ਨੇ ਜੀ ਇਹ ਸਾਹਮਣੇ ਜਾਂਦਾ ਰੋਡ ਜੀ ਬਾਬਾ ਧੰਸਰ ਜੀ ਨੂੰ ਤੁਸੀਂ ਦੇਖ ਸਕਦੇ ਹੋ ਗੱਡੀ ਦੇ ਬਿਲਕੁਲ ਪਿਛਲੇ ਪਾਸੇ ਦੀ ਤੇ ਉਹਦੇ ਸਾਹਮਣੇ ਇਸ ਵੀਰ ਦੀ ਸ਼ਾਪ ਜੀ ਕਦੇ ਸ਼ਾਪਿੰਗ ਵਗੈਰਾ ਕਰਨੀ ਹੋਈ ਜੀ ਜਦੋਂ ਇਸ ਜਗ੍ਹਾ ਦੇ ਉੱਤੇ ਆਉਨੇ ਹੋ ਤਾਂ ਇਸ ਵੀਰ ਦਾ ਜਰੂਰ ਸਾਥ ਦਿਓ ਜੀ ਨੇ ਮਿਲ ਕੇ ਜੀ ਬਾਬਾ ਧੰਸਰ ਜੀ ਦੇ ਇਸ ਸਾਨ ਦੇ ਦਰਸ਼ਨ ਕਰ ਲਏ ਨੇ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜੀ ਆਪਣੇ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਨਾਲ ਜਰੂਰ ਕਰਿਓ ਜੀ ਫਿਰ ਮਿਲਾਂਗੇ ਕਿਸੇ ਨਵੀਂ ਜਗ੍ਹਾ ਦੇ ਉੱਤੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ